ਕਿ ਸਾਡੇ ਇੱਕ ਐਂਟੀ ਨਾਰਕੋਟਿਕ ਸੈੱਲ ਨੇ ਕੰਮ ਕਰਦੇ ਹੋਏ ਦਿਦਾਰ ਸਿੰਘ ਨਾਮ ਦਾ ਬੰਦਾ ਜਿਹੜਾ ਰਾਊਂਡ ਅਪ ਕਰਿਆ ਸੀਗਾ, ਜਿਹਦੇ ਕੋਲੋਂ ਸਰਚ ਦੇ ਦੌਰਾਨ ਤਕਰੀਬਨ 120 ਗ੍ਰਾਮ ਹੈਰੋਇਨ ਮਿਲੀ। ਜਦੋਂ ਉਹਦੀ ਇੰਟੈਰੋਗੇਸ਼ਨ ਕੀਤੀ ਗਈ, ਉਹਦੇ ਤੋਂ ਪੁੱਛਤਾਛ ਕੀਤੀ ਗਈ, ਉਹਦੇ 'ਚ ਪਤਾ ਲੱਗਿਆ ਕਿ ਇਹਦੇ ਪਾਕਿਸਤਾਨ ਬੈਠੇ ਸਮਗਲਰ ਨਾਲ ਇਹਦਾ ਕੰਟੈਕਟ ਸੀਗਾ। ਐਂਡ ਇਹ ਉਹਨਾਂ ਨੇ ਇਹਦੇ ਵਾਸਤੇ ਇੱਧਰ ਆਪਣਾ ਬਾਰਡਰ ਤੋਂ ਇੱਧਰ ਜਿਹੜੀ ਹੈ ਅਤੇ ਕੰਡਾਧਾਰ ਤੋਂ ਪਰਲੇ ਪਾਸੇ ਉਹਦੇ 'ਚ ਹੈਰੋਇਨ ਕੁਛ ਦੱਬੀ ਹੋਈ ਸੀ। ਉਹ ਫਿਰ ਸਾਡੇ ਐਸ ਪੀ ਸਾਹਿਬ ਨੇ ਅਤੇ ਡੀ ਐਸ ਪੀ ਸਾਹਿਬ ਨੇ ਬੀ ਐਸ ਐਫ ਦੇ ਅਫਸਰਸ ਨਾਲ ਤਾਲਮੇਲ ਕਰਕੇ ਉੱਥੋਂ ਸਰਚ ਕੀਤੀ ਗਈ ਅਤੇ ਸਰਚ ਦੇ ਦੌਰਾਨ ਤਕਰੀਬਨ 6 ਕਿਲੋ ਅਤੇ 610 ਗ੍ਰਾਮ ਹੈਰੋਇਨ ਉੱਥੋਂ ਰਿਕਵਰ ਹੋਈ। ਕੁੱਲ ਇਸ ਮੁਕੱਦਮੇ 'ਚ ਮਤਲਬ 6 ਕਿਲੋ 730 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ। ਹੋਰ ਕੁਛ ਨਹੀਂ ਹਲੇ, ਸ਼ੂਗਰ ਦੀ ਉਹ ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹ ਕੋਈ ਸ਼ੂਗਰ ਹੈ ਜਾਂ ਕੀ ਹੈ, ਉਹ ਇੱਕ ਅਲੱਗ ਪੈਕਟ ਹੈਗਾ, ਉਹਦਾ ਜਦੋਂ ਕਲੀਅਰ ਹੋ ਜਾਊਗਾ ਫਿਰ ਉਸ 'ਤੇ ਅੱਗੇ। ਹੋਰ ਇਹਦੇ 'ਤੇ ਪਹਿਲਾਂ 3 ਮੁਕੱਦਮੇ ਆ ਜੀ, ਕ੍ਰਿਮੀਨਲ ਬੈਕਗਰਾਊਂਡ ਹੈ ਇਹਦਾ, 2 ਲੜਾਈ ਝਗੜੇ ਦੇ ਅਤੇ 1 ਤੋਂ ਵੈਪਨ ਮਿਲਿਆ ਸੀਗਾ ਪਿਛਲੇ, ਉਦੋਂ ਪੁਰਾਣਾ ਮੁਕੱਦਮਾ ਇੱਥੇ ਹੈਗੇ ਨੇ। ਸਰ ਇਹ ਜਿਹੜਾ ਸਰਪੰਚ ਸਾਬਕਾ ਦੱਸਿਆ ਜਾ ਰਿਹਾ, ਕਿਸ ਪਾਰਟੀ ਨਾਲ ਸੰਬੰਧਿਤ? ਉਹ ਹਲੇ ਅਸੀਂ ਚੈੱਕ ਕਰਨਾ ਵੀ ਕਿਸ ਪਾਰਟੀ ਨਾਲ ਹੈਗਾ। ਸਾਡੇ ਕੋਲ ਇਹਦਾ ਹੁਣ ਅਸੀਂ ਰਿਮਾਂਡ ਅੱਜ ਇਹਦਾ ਲੈ ਰਹੇ ਹਾਂ ਅਤੇ ਪੂਰਾ ਹੋਰ ਇਹਦਾ ਮੋਡਲ ਸੁਪਰਿੰਟ ਕੰਮ ਕਰਨ ਦੇ ਤਰੀਕੇ ਜਾਂ ਕੀ ਸਾਰੀਆਂ ਐਪਲੀਕੇਸ਼ਨ ਨੇ ਉਹ ਹੁਣ ਵੀ ਚੈੱਕ ਕਰ ਲਾਂਗੇ। ਸਰ ਹੈਰੋਇਨ ਜਿਹੜੀ ਕਿਵੇਂ ਮੰਗਾ ਰਿਹਾ, ਗਰਾਊਂਡ ਰਾਹੀਂ ਮੰਗਾਈ ਗਈ ਹੈ ਕਿ ਜ਼ਮੀਨੀ ਤਰੀਕੇ? ਨਹੀਂ, ਉਹ ਹਲੇ ਕਲੀਅਰ ਨਹੀਂ ਹੈਗਾ ਵੀ ਉਹਨਾਂ ਨੇ ਇੱਧਰ ਕੰਡਾਧਾਰ ਤੋਂ ਪਾਰ ਕਿਸ ਤਰ੍ਹਾਂ ਇਹ ਭੇਜੀ ਹੈਗੀ ਹੈ, ਉਹ ਅਸੀਂ ਹੁਣ ਚੈੱਕ ਕਰਕੇ ਇੱਕ ਵਾਰੀ ਇਹਦਾ ਅਸੀਂ ਰਿਮਾਂਡ ਲੈ ਰਹੇ ਹਾਂ। ਇੰਟੈਰੋਗੇਸ਼ਨ ਦੀ ਡਿਟੇਲ ਹੋਊਗੀ ਅਤੇ ਜੋ ਵੀ ਆਊਗੀ ਫਿਰ ਉਹ ਤੁਹਾਨੂੰ ਦੁਬਾਰਾ ਉਹਦੇ ਬਾਰੇ ਪੂਰਾ ਕੇਸ ਬਾਰੇ ਬਰੀਫ ਕਰ ਸਕਦੇ। ਅੰਤਰਰਾਸ਼ਟਰੀ ਮਾਰਕੀਟ ਕੀਮਤ ਕੀ ਹੋਈ ਸੀ? ਇਹਦੀ ਤਕਰੀਬਨ 34 ਕਰੋੜਾਂ ਦੇ ਨੇੜੇ ਕੀਮਤ ਹੋਈ। ਮਾਸਟਰ ਮਾਈਂਡ ਹੋ ਸਕਦਾ, ਕਿਉਂਕਿ ਹੁਣ ਇਹਦਾ ਇਹ ਅਸੀਂ ਦੇਖਣਾ ਹੈਗਾ ਵੀ ਇਹਦੇ ਨਾਲ ਹੋਰ ਕੌਣ ਬੰਦਾ ਹੈਗਾ ਜਾਂ ਇਹਨੇ ਉਸ ਤੋਂ ਤਾਰ ਤੋਂ ਪਾਰ ਕਿਵੇਂ ਜਾਣਾ ਸੀਗਾ ਉਹਨੂੰ ਲੈਣ ਵਾਸਤੇ, ਉਹ ਸਾਰੀਆਂ ਚੀਜ਼ਾਂ ਹਲੇ ਅੰਡਰ ਇਨਵੈਸਟੀਗੇਸ਼ਨ। ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਰਵੀ ਆਚਾਰੀਆ, 8692900755, ਤਾਂਤਰਿਕ ਵਿਧੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ, 100% ਗਰੰਟੀ ਨਾਲ, ਪਤੀ ਪਤਨੀ ਚ ਝਗੜਾ, ਪ੍ਰੇਮ ਵਿਆਹ ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ ਯਾਤਰਾ, ਕੀਤਾ ਕਿਰਾਇਆ ਦਾ ਜੜ ਤੋਂ ਖਾਤਮਾ, ਕਰਜ਼ਾ ਮੁਕਤੀ ਦੇ ਵਿਸ਼ੇਸ਼ ਉਪਾਅ ਜਾਣੋ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਇਟਸ ਮਾਈ ਪ੍ਰੋਮਿਸ, ਸੰਪਰਕ ਕਰੋ 8692900755।